ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ 6 ਪੈਕ ਮਿਸ਼ਨ ਲੇਟਸ ਨਿਊਜ਼ ਨਾਲ ਆਪ ਸਭ ਦੇ ਰੂਬਰੂ ਹੋ ਰਹੇ ਹਾਂ ਸੋ ਅੱਜ ਦੀ ਖਬਰ 11 16 ਤੋਂ ਭਰਤੀ ਜਿਹੜੀ ਬਾਦ ਹੋਈ ਹੈ ਮੁਲਾਜ਼ਮਾਂ ਦੀ ਜੋ ਪ੍ਰਮੋਟ ਹੋਈ ਹੈ ਉਹਨਾਂ ਲਈ ਨੋਟੀਫਿਕੇਸ਼ਨ ਹੈ ਜਿਹੜਾ 15% ਦਾ ਵਾਅਦਾ ਹੋਇਆ ਉਹ ਫਾਰਮੂਲਾ ਕਿਹਨਾਂ ਕਿਹਨਾਂ ਤੇ ਅਪਲਾਈ ਹੁੰਦਾ ਉਹਦੇ ਵਿੱਚ ਪੈਨਸ਼ਨਰਸ ਦੇ ਉੱਪਰ ਜਾਂ ਆਪਾਂ ਕਹਿ ਸਕਦੇ ਹਾਂ ਜਿਹੜੇ 2016 ਤੋਂ ਪਹਿਲਾਂ ਵਾਲੇ ਨੇ ਬਾਦ ਵਾਲੇ ਨੇ ਉਹਨਾਂ ਸਾਰਿਆਂ ਦੀ ਆਪਾਂ ਗੱਲ ਕਰਾਂਗੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਬਟ ਉਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜੀ ਗੁਜਾਰਿਸ਼ ਹੈ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਰੈੱਡ ਬਟਨ ਨੂੰ ਕਲਿੱਕ ਕਰਕੇ ਸਬਸਕ੍ਰਾਈਬ ਕਰ ਲੋ ਤਾਂ ਜੋ ਸਾਰੀਆਂ ਖਬਰਾਂ ਤੁਸੀਂ ਟਾਈਮ ਨਾਲ ਪ੍ਰਾਪਤ ਕਰ ਸਕੋ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਬਰ ਸਭ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਵਿਜੀਬਲ ਕੀਤਾ ਇਹ 15% ਦਾ ਫਾਰਮੂਲੇ ਨੂੰ ਲੈ ਕੇ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਫਾਈਨੈਂਸ ਵੱਲੋਂ ਜਾਰੀ ਹੋਇਆ ਸੋ ਇਹਦੀਆਂ ਜਿਹੜੀਆਂ ਇਨਸਟਰਕਸ਼ਨਸ ਦਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਗੀ ਇਹਦੇ ਫਰਸਟ ਪੈਰੇ ਦੇ ਵਿੱਚ ਕੀ ਕਿਹਾ ਹੈ ਦਾ ਸਬਜੈਕਟ ਹੈ ਜਿਹੜਾ ਤੁਹਾਨੂੰ ਕਲੀਅਰ ਹੀ ਹੋ ਗਿਆ ਇਹਦੇ ਵਿੱਚ ਜਿਹੜੀ 1 ਇੱਕ 16 ਤੋਂ 16/7/2020 ਤੱਕ ਦੇ ਜਿਹੜੇ ਮਲਾਜ਼ਮ ਹੈ ਜਿਹੜੀ ਭਰਤੀ ਹੋਈ ਆ ਉਹਨਾਂ ਦੇ ਏਰੀਅਰ ਦੇ ਨਾਲ ਸੰਬੰਧਿਤ ਜਿਹੜਾ ਇਹ ਆਪਾਂ ਕੱਲ ਕਰਾਂਗੇ 15% ਦੇ ਫਾਰਮੂਲੇ ਦੀ ਸਭ ਤੋਂ ਪਹਿਲਾਂ ਜੇ ਆਪਾਂ ਫਰਸਟ ਪੈਰਾ ਜਿਹੜਾ ਇਹਦੇ ਵਿੱਚ ਹੈਗਾ ਉਹਦੀ ਮੈਂ ਤੁਹਾਨੂੰ ਐਕਸਪਲੇਨੇਸ਼ਨ ਦਿੰਨੀ ਆ ਫਰਸਟ ਪੈਰੇ ਦੇ ਵਿੱਚ ਜਿਹੜਾ 15% ਦਾ ਵਾਅਦਾ ਹੋਇਆ ਉਹ ਫਾਰਮੂਲਾ ਕਿਸ ਤੇ ਲਾਗੂ ਹੋਊਗਾ ਫਰਸਟ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਇਹ 16 7 2020 ਤੱਕ ਜਿਹੜੀ ਮੁਲਾਜ਼ਮ ਨੇ ਮਤਲਬ 1 1 16 ਤੋਂ ਲੈ ਕੇ 16 7 20 ਤੱਕ ਜਿੰਨੇ ਮੁਲਾਜ਼ਮ ਐ ਉਹਨਾਂ ਤੱਕ ਹੀ ਐ ਠੀਕ ਐ ਜਿਹੜੇ 17 7 2020 ਤੋਂ ਬਾਅਦ ਵਾਲੇ ਮੁਲਾਜ਼ਮ ਨੇ ਭਰਤੀ ਵਾਲੇ ਉਹਨਾਂ ਤੇ 7ਵਾਂ ਕੇਂਦਰ ਜਿਹੜਾ ਕਮਿਸ਼ਨ ਲੱਗੂਗਾ ਇੱਕ ਮਿਸ਼ਨ ਲੱਗੂਗਾ 7ਵਾਂ ਸੋ ਇਹ ਹੈਗਾ ਜੀ ਆਪਣੇ ਕੋਲੇ ਹੁਣ ਤੁਹਾਨੂੰ ਕਲੀਅਰਲੀ ਹੋ ਜਾਣਾ ਚਾਹੀਦਾ 1 1 16 ਤੋਂ ਲੈ ਕੇ ਜਿਹੜੇ 16 7 2020 ਤੱਕ ਜਿਹੜੇ ਮੁਲਾਜ਼ਮਾਂ ਦੀ ਭਰਤੀ ਹੋਈ ਐ ਇਹ ਉਹਨਾਂ ਦੇ ਵਿੱਚ ਜਿਹੜੇ ਮੁਲਾਜ਼ਮ ਆਉਂਦੀ ਹੈ ਇਹ ਉਹਨਾਂ ਤੇ ਲਾਗੂ ਹੋਊਗਾ ਸੋ ਇਸ ਤੋਂ ਬਾਅਦ 101 116 ਤੋਂ ਆਪਾਂ ਕਲੀਅਰ ਹੋ ਗਈ ਇਹ ਗੱਲ ਉਹਦੇ ਵਿੱਚ ਇਹਦੇ ਅਕੋਰਡਿੰਗ ਜਿਹੜੇ ਹੁਣ ਇਹਦੇ ਵਿੱਚ ਨੈਕਸਟ ਪੈਰੇ ਦੇ ਵਿੱਚ ਜਿਹੜੀ ਗੱਲ ਹੋਈ ਹੈ ਇਹਦੇ ਵਿੱਚ ਜਿਹੜੇ ਸੀਨੀਅਰ ਮੁਲਾਜ਼ਮ ਹੈ ਇਹ ਇਹਦੇ ਵਿੱਚ ਇਹਦੇ ਅਕੋਰਡਿੰਗ ਉਹਨਾਂ ਦੀ ਤਨਖਾਹ ਉਹਨਾਂ ਤੋਂ ਉੱਪਰ ਨਹੀਂ ਜਾਣੀ ਚਾਹੀਦੀ ਇਸ ਦੀ ਜਿਹੜੀ ਕੰਡੀਸ਼ਨ ਹੈਗੀ ਹੈ ਵੀ 15% ਜਿਹੜਾ ਬਰਾਬਰ ਹੈ ਜੇ ਫੋਰ ਐਗਜ਼ਾਮਪਲ ਮੰਨ ਲਓ ਸੀਨੀਅਰ ਜਿਹੜੇ EMPLOYE ਹੈਗੇ ਆ ਉਹਨਾਂ ਤੋਂ ਜੇ ਜੂਨੀਅਰ ਦੀ ਜੇ ਸੈਲਰੀ ਵਧ ਰਹੀ ਹੈ ਤਾਂ ਉਹ ਨਹੀਂ ਹੋਊਗੀ ਉਹ ਬਰਾਬਰ ਹੋਊਗੀ ਤੇ ਇਨ ਫਿਊਚਰ ਜੇ ਕਦੇ ਐਵੇਂ ਹੁੰਦਾ ਵੀ ਹੈ ਤਾਂ ਉਹ ਵੀ ਰਿਕਵਰ ਕੀਤਾ ਜਾਊਗਾ ਅ ਇੱਕੇ ਦੇ ਵਿੱਚ ਹੋਰ ਚੀਜ਼ ਹੈ 15% ਫਾਰਮੂਲੇ ਦੇ ਨਾਲ ਜੇ ਮੰਨ ਕੇ ਚੱਲੀਏ ਵੀ ਕੋਈ ਸੀਨੀਅਰ ਨਹੀਂ ਕਲੇਮ ਕਰ ਸਕਦਾ ਵੀ ਜੇ ਉਹਦੀ ਜੂਨੀਅਰ ਦੀ ਤਨਖਾਹ ਉਹਦੇ ਨਾਲੋਂ ਵੱਧ ਰਹੀ ਹੈ ਤਾਂ ਉਹ ਨਹੀਂ ਹੋ ਸਕਦੀ ਬਟ ਇਹ ਨਹੀਂ ਹੈਗਾ ਇਹਦੇ ਵਿੱਚ ਜਿਹੜਾ ਪੂਰਾ ਦੇਖਿਆ ਜਾਊਗਾ ਵੀ ਕੰਡੀਸ਼ਨ ਇਹੀ ਹੈ ਵੀ ਉਹਨਾਂ ਦੀ ਤਨਖਾਹ ਜਿਹੜੀ ਸੀਨੀਅਰ ਦੀ ਤੇ ਜੂਨੀਅਰ ਦੀ ਬਰਾਬਰ ਹੋਵੇ ਬਟ ਇਨ ਕੇਸ ਇਨ ਫਿਊਚਰ ਦੇ ਵਿੱਚ ਜੇ ਕੋਈ ਸੀਨੀਅਰ ਤੋਂ ਜੂਨੀਅਰ ਦੀ ਤਨਖਾਹ ਵੱਧਦੀ ਹੈ ਤਾਂ ਸੀਨੀਅਰ ਉੱਥੇ ਕਲੇਮ ਨਹੀਂ ਕਰ ਸਕਦਾ ਤੇ ਉਸ ਤੋਂ ਬਾਅਦ ਜਿਹੜਾ ਇਹ 15% ਦਾ ਜਿਹੜਾ ਫਾਰਮੂਲਾ ਇਹ ਪ੍ਰੋਬੋਸ਼ਨ ਏਰੀਆ ਜਿਹੜਾ ਹੈਗਾ ਜਿਨ੍ਹਾਂ ਦਾ ਚੱਲ ਰਿਹਾ ਉਹਨਾਂ ਤੇ ਲਾਗੂ ਨਹੀਂ ਹੈਗਾ ਏਰੀਅਰ ਇਹ ਉਹਨਾਂ ਨੂੰ ਨਹੀਂ ਦਿੱਤਾ ਜਾਊਗਾ ਜਿਨ੍ਹਾਂ ਨੇ ਕਲੀਅਰ ਕਰ ਲਿਆ ਆਪਣਾ ਪ੍ਰੋਬੋਸ਼ਨ ਪੀਰੀਅਡ ਜਿਹੜੇ ਉਹਨਾਂ ਦੇ ਵਿੱਚੋਂ ਕਲੀਅਰ ਕਰ ਚੁੱਕੇ ਉਹਨਾਂ ਤੇ ਲਾਗੂ ਹੋਊਗਾ ਸੋ 15% ਦੇ ਜਿਹੜੇ ਫਾਰਮੂਲੇ ਦੀ ਵਰਤੋਂ ਕਰਨ ਤੋਂ ਬਾਅਦ ਜਿੰਨੀ ਤੁਹਾਡੀ ਤਨਖਾਹ ਬਣਦੀ ਆ ਮਤਲਬ ਜੋ ਤੁਹਾਡਾ ਜਿਹੜਾ ਤੁਸੀਂ ਪ੍ਰੋਬੋਸ਼ਨ ਪੀੜਾ ਕੰਪਲੀਟ ਕਰ ਦਿੰਨੇ ਆ ਉਸ ਵਿੱਚ ਏਰੀਅਰ ਤਾਂ ਨਹੀਂ ਦਿੱਤਾ ਜਾਊਗਾ ਬਸ ਉਸ ਤੋਂ ਬਾਅਦ ਆ ਜਿਹੜੀ ਤੁਹਾਡੀ ਤਨਖਾਹ 2.25 ਤੋਂ 2.59 ਦੇ ਨਾਲ ਹੀ ਵੱਧਦੀ ਹੈ ਤੇ ਉਹਦੇ ਤੇ ਏਰੀਅਰ ਦਿੱਤਾ ਜਾਊਗਾ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਲਾਸਟ ਦੇ ਫਿਰ ਹੀ ਗੱਲ ਕਹਦੇ ਆ ਵੀ ਜਦੋਂ ਜਿਹੜਾ ਤੁਹਾਡਾ ਜੇ ਚੱਲ ਰਿਹਾ ਹੈਗਾ ਪ੍ਰੋਬੋਸ਼ਨ ਪੀੜ ਉਹਦੇ ਵਿੱਚ ਏਰੀਅਰ ਨਹੀਂ ਮਿਲੇਗਾ ਪ੍ਰੋਮੋਸ਼ਨ ਵਾਲੇ ਮਲਾਜ਼ਮਾਂ ਲਈ ਇਹਦੇ ਵਿੱਚ ਇੱਕ ਅਪਡੇਟ ਹੈਗੀ ਹੈ ਜਿਨ੍ਹਾਂ ਦਾ ਜਿਵੇਂ ਫੋਰ ਐਗਜ਼ਾਮਪਲ ਡੀ ਗ੍ਰੇਡ ਦੇ ਵਿੱਚ ਕੰਮ ਕਰ ਰਹੇ ਆ ਤੇ ਉਹ ਹੁਣ ਜਿਵੇਂ ਆਪਾਂ ਕਹੇ ਸੋ ਇਹ ਕੋਈ ਪੀਐਨ ਚਪੜਾਸੀ ਉਸ ਤੋਂ ਬਾਅਦ ਉਹ ਕਲਰਕ ਬਣ ਜਾਂਦਾ ਕਲਰਕ ਤੋਂ ਬਾਅਦ ਕੋਈ ਹੋਰ ਪੋਸਟ ਦੇ ਉੱਪਰ ਆ ਜਾਂਦਾ ਮਤਲਬ ਕਿ ਜਦੋਂ ਉਹ ਉਹਦੀ ਪ੍ਰੋਮੋਸ਼ਨ ਹੋ ਜਾਂਦੀ ਹੈ ਤਾਂ ਉਹਨਾਂ ਲਈ 15% ਫਾਰਮੂਲੇ ਦੀ ਵਰਤੋਂ ਹੋਊਗੀ ਬਟ ਉਹ ਉੱਥੇ ਵੀ ਕਰ ਸਕਦੇ ਜਦੋਂ ਤੋਂ ਉਹਨਾਂ ਦੀ ਸੋਧੀ ਹੋਈ ਤਨਖਾਹ ਉਹਨਾਂ ਨੂੰ ਉੱਥੇ ਵੀ ਮਿਲੂਗੀ ਉੱਥੇ ਵੀ ਅਪਲਾਈ ਕਰ ਸਕਦੇ ਆ ਉਹ ਜਦੋਂ ਤੋਂ ਉਹਨਾਂ ਨੇ ਆਪਣਾ ਜੁਆਇਨਿੰਗ ਕੀਤੀ ਆ ਉੱਥੋਂ ਵੀ ਉਹਨਾਂ ਨੂੰ ਮਿਲ ਸਕਦਾ ਸੋ ਇਹ ਜਿਹੜੀ ਹੁਣ ਖਬਰ ਸੀਗੀ ਇਸ ਨੋਟੀਫਿਕੇਸ਼ਨ ਦੇ ਅਕੋਰਡਿੰਗ ਨਾ 15% ਦਾ ਫਾਰਮੂਲੇ ਦਾ ਜਿਹੜਾ ਵਾਅਦਾ ਉਹ ਕਿੰਨਾ ਕਿੰਨਾਂ ਨੂੰ ਮਿਲੂਗਾ ਇਹ ਉਹਦੇ ਤੇ ਡਿਪੈਂਡ ਸੀਗੀ ਵੀ ਕਿਹੜੇ ਕਿਹੜੇ ਮੁਲਾਜ਼ਮ ਹੈ ਹੁਣ ਸਾਨੂੰ ਇੱਥੇ ਸਾਰਿਆਂ ਨੂੰ ਕਲੀਅਰ ਹੋ ਗਿਆ ਵੀ ਇੱਕ ਇੱਕ 16 ਤੋਂ ਬਾਅਦ ਉਸ ਤੋਂ ਬਾਅਦ ਜਿਹਨੇ 16/7 ਤੱਕ ਮੁਲਾਜ਼ਮ ਨੇ ਉਹਨਾਂ ਤੇ ਆਊਗਾ ਜਿਹੜੇ 17/7/2020 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਤੇ 7ਵਾਂ ਪੇ ਕਮਿਸ਼ਨ ਹੀ ਲਾਗੂ ਹੋਊਗਾ ਇਹ ਜਿਹੜੀ ਨਿਊਜ਼ ਸੀਗੀ ਸੋ ਇੱਕ ਅਸੀਂ ਕੱਲ ਜਿਹੜੀ ਵੀਡੀਓ ਦੇ ਵਿੱਚ ਮੁਲਾਜ਼ਮਾਂ ਦੇ ਪੈਨਸ਼ਨਰਾਂ ਦੇ ਲਈ ਆਪਸ਼ਨ ਦੇ ਇਨਦੀਮੀ ਦੀ ਵਿੱਚ ਵਾਅਦਾ ਹੋਇਆ ਉਹ ਵੀ ਡਿਸਕਸ ਕੀਤੀ ਹੋਈ ਹੈ ਵੀਡੀਓ ਉਹਦੇ ਵਿੱਚ ਤੁਸੀਂ ਜਿਵੇਂ 2.25 ਤੇ 2.59 ਜਿਹੜਾ ਫੈਕਟਰ ਚੂਜ਼ ਕਰਨਾ ਹੈ ਉਹਦੇ ਵਿੱਚ ਪੈਨਸ਼ਨਰਸ ਨੇ ਵੀ ਆਪਸ਼ਨ ਫਿਲ ਕਰਨਾ ਉਹਦੇ ਤੋਂ ਉੱਪਰ ਪੂਰੀ ਵੀਡੀਓ ਬਣੀ ਹੋਈ ਹੈ ਉਹ ਮੈਂ ਤੁਹਾਨੂੰ ਇਸ ਵੀਡੀਓ ਦੇ ਥੱਲੇ ਲਿੰਕ ਮੈਂਸ਼ਨ ਕਰ ਦੂੰਗੀ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਕਿਉਂਕਿ ਕੱਲ ਵਾਲੇ ਫੈਕਟਰ ਦੀ ਜਿਹੜੀ ਡੇਟ ਹੈ ਉਹ ਵਧਾ ਦਿੱਤੀ ਹੈ ਸੋ ਪਹਿਲਾਂ 4 ਨਵੰਬਰ ਸੀ ਹੁਣ ਇੱਕ ਮਹੀਨਾ ਹੋਰ ਐਕਸਟੈਂਡ ਕਰਤੀ ਹੈ 4 ਦਸੰਬਰ 2020 ਤੱਕ 21 ਤੱਕ ਕਰਤੀ ਹੈ ਤੇ ਜਿਹੜੇ ਪੈਨਸ਼ਨਰ ਸੀ ਉਹਨਾਂ ਦੇ ਕਾਫੀ ਕੁਐਸਚਨ ਵੀ ਹੈਗੇ ਆ ਵੀ ਉਹਨਾਂ ਨੇ ਵੀ ਫਿਲ ਕਰਨਾ ਤਾਂ ਉਹਨਾਂ ਨੇ ਵੀ ਇਸ ਫੈਕਟਰ ਨੂੰ ਚੂਜ਼ ਕਰਨਾ ਬਟ ਉਹ ਉੱਥੇ ਕਰ ਸਕਦੇ ਆ ਜਿੱਥੇ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਉੱਥੇ ਜਾ ਕੇ ਉਹ ਫਾਰਮ ਜਿਹੜਾ ਫਿਲ ਕਰਕੇ ਦੇ ਸਕਦੇ ਆ ਤੇ ਜਿਹੜੇ ਉਸ ਤੋਂ 2016 ਤੋਂ 1-1 2016 ਤੋਂ ਪਹਿਲਾਂ ਦੇ ਜੋ ਵੀ ਮੁਲਾਜ਼ਮ ਨੇ ਉਹਨਾਂ ਦਾ ਜਿਹੜਾ ਵਿਭਾਗ ਵੱਲੋਂ ਹੀ ਜਿਹੜਾ ਅਪਲਾਈ ਕੀਤਾ ਜਾਊਗਾ ਸੋ ਲਾਸਟ ਤੇ ਆ ਕੇ ਫਿਰ ਸਾਰਿਆਂ ਨੂੰ ਗੁਜਾਰਿਸ਼ ਕਰਦੇ ਆ 6 ਪੇ ਕਮਿਸ਼ਨ ਦੀਆਂ ਜਿੰਨੀਆਂ ਵੀ ਖਬਰਾਂ ਤੁਹਾਡੇ ਨਾਲ ਡਿਸਕਸ ਕਰਦੇ ਰਵਾਂਗੇ ਮੁਲਾਜ਼ਮਾਂ ਦੇ ਨਾਲ ਕੋਈ ਵੀ ਖਬਰ ਸਾਡੇ ਕੋਲ ਆਉਂਦੀ ਐ ਸੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਸੋ ਸਾਡੇ ਚੈਨਲ ਨੂੰ ਉਹ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਸੀਂ ਇਸ ਤੱਕ ਹਰ ਖਬਰ ਨੂੰ ਪ੍ਰਾਪਤ ਕਰ ਸਕੋ ਸੋ ਧੰਨਵਾਦ ਜੀ